ਰਾਜੀਵਾ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਲਾਵੀ ਸਟੇਜ ਵਾਲੀ ਸਾਈਡ ਜਿਹੜੀ ਬੋਪਰ ਦੀ ਟੀਮ ਹੈ ਦੂਜੀ ਸਾਈਡ ਆਪਾਂ ਵੇਖਦੇ ਸਮੇਂ ਢੰਡੋਲੀ ਦੀ ਟੀਮ ਹੈ ਲਵੀ ਮਨਜੀਤ ਸਿੰਘ ਦੀ ਪਾਈ ਹੋਈ ਰੇਡ ਕੀਤੀਆਂ ਹੋਈਆਂ ਬਾਗਲਾ ਕੈਮ ਨੇ ਲਵੀ ਅੰਕ ਜਿਹੜਾ ਸਮੇਂ ਢੰਡੋਲੀ ਦੀ ਟੀਮ ਦੇ ਲਈ ਅੰਕ ਦਾ ਵਾਧਾ ਹੁੰਦਾ ਹੋਇਆ ਅਗਲੀ ਕਬੱਡੀ ਆਪਾਂ ਮਾਰ ਪੜਦੇ ਥਾਪੀ ਸਮੇਂ ਧਾਵਾ ਬੋਲਦਾ ਹੋਇਆ ਗਗਨ ਦੀ ਪਾਈ ਹੋਈ ਰੇਡ ਹੈ ਲਵੀ ਤਿੰਨ ਜਾਫੀ ਨੇ ਬੋਪਰ ਪਿੰਡ ਦੇ ਜਿਸ ਨਗਰ ਦੇ ਹੁਸ਼ਿਆਰੇ ਵਰਗੇ ਪ੍ਰਵੀਨ ਵਰਗੇ ਲਵੀ ਤਿੰਨ ਜਾਫੀ ਨੇ ਨੌਜਵਾਨ ਜਾਨਸਰ ਹਲਕਾ ਟੱਚ ਆਪਣੀ ਟੀਮ ਦੇ ਲਈ ਅੰਕ ਦਾ ਵਾਧਾ ਕਰਦਾ ਹੋਇਆ ਇੱਧਰ ਕਾਲੇ ਦਾ ਪਿੰਡੂ ਹੈ ਢੰਡੋਲੀ ਦੀ ਟੀਮ ਦੇ ਲਈ ਅੰਕ ਦਾ ਵਾਧਾ ਹੁੰਦਾ ਹੋਇਆ ਲਵੀ ਅਗਲੀ ਕਬੱਡੀ ਆਪਾਂ ਵੇਖਦੇ ਸਮੇਂ ਨੌਜਵਾਨ ਰਜੇਸ਼ ਦੀ ਪਾਈ ਹੋਈ ਰੇਡ ਚਾਰ ਜਾਫੀ ਬਾਲੀ ਮਾਮਾ ਦੇ ਵਾਲੀ ਪੱਤਰੇ ਵੱਲੇ ਵੱਲੇ ਹੁੰਦੀ ਹੋਈ ਨੌਜਵਾਨ ਭੱਜੇ ਆਉਂਦਾ ਅੰਕ ਜਿਹੜਾ ਆਪਣੀ ਟੀਮ ਦੇ ਲਈ ਅੰਕ ਦਾ ਵਾਧਾ ਕਰਦਾ ਹੋਇਆ ਕਦੇ ਫੈਸਲੇ ਜਿੱਤਾਂ ਦੇ ਕਦੇ ਹੁੰਦੇ ਹਾਰਾਂ ਦੇ ਬੈਠੇ ਡਨਜੋਰਾਂ ਨਾਲ ਪੁੱਤ ਸਰਦਾਰਾਂ ਦੇ ਬੈਠੇ ਡਨਜੋਰਾਂ ਨਾਲ ਕਬੱਡੀ ਕਿ ਪੁੱਤ ਸਰਦਾਰਾਂ ਦੇ ਲਾਵੀ ਅਗਲੀ ਕਬੱਡੀ ਆਪਾਂ ਵੇਖਦੇ ਸਮੇਂ ਨੌਜਵਾਨ ਗਗਨ ਦੀ ਪਾਈ ਹੋਈ ਰੇਡ ਡਬਲ ਟੱਚ ਦਾ ਇਸ਼ਾਰਾ ਜਾਫੀ ਜਿਹੜਾ ਆਊਟ ਹੋ ਚੁੱਕਿਆ ਲਾਵੀ ਅੰਕ ਜਿਹੜੇ ਸਮੇਂ ਧਾਵੀ ਦੇ ਲਈ ਜੁੜਦਾ ਹੋਇਆ ਇੱਧਰ ਖਤਰੇ ਦਾ ਘੁੱਗੂ ਬੋਲੀ ਜਾ ਰਿਹਾ ਹੁੱਟਰ ਦੀ ਆਵਾਜ਼ਾਂ ਆਉਂਦੀਆਂ ਨੇ ਲਾਵੀ ਆਪਾਂ ਵੇਖਦੇ ਸਮੇਂ ਮਨਜੀਤ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀ ਵੱਧ ਕੇ ਨੌਜਵਾਨ ਕਰਦਾ ਹੋਇਆ ਕੋਸ਼ ਲਾਵੀ ਅੰਕ ਜਿਹੜੇ ਸਮੇਂ ਧਾਵੀ ਦੇ ਲਈ ਜੁੜਦਾ ਹੋਇਆ ਬੱਲੇ ਬੱਲੇ ਹੁੰਦੀ ਹੋਈ ਲਵੀ ਅਗਲੀ ਕਬੱਡੀ ਆਪਾਂ ਵੇਖਦੇ ਸਮੇਂ ਆਹ ਖਿਡਾਰੀ ਦੀ ਪਾਈ ਹੋਈ ਰੇਡ ਹੈ ਕਿ ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਲਵੀ ਅੰਕ ਜਿਹੜੇ ਸਮੇਂ ਧਾਵੀ ਦੇ ਲਈ ਜੁੜਦਾ ਹੋਇਆ ਅਗਲੀ ਕਬੱਡੀ ਆਪਾਂ ਵੇਖਦੇ ਸਮੇਂ ਰਜੇਸ਼ ਦੀ ਪਾਈ ਹੋਈ ਰੇਡ ਹੈ ਇੱਧਰ ਵੀ ਨੌਜਵਾਨ ਹਾਣੀ ਪ੍ਰਵਾਣੀ ਗੱਭਰੂ ਹੈ ਵਾਹ ਜਵਾਨਾ ਅੰਕ ਜਿਹੜੇ ਸਮੇਂ ਧਾਵੀ ਦੇ ਲਈ ਜੁੜਦਾ ਹੋਇਆ ਬੋਪਰ ਦੀ ਟੀਮ ਦੇ ਲਈ ਹਾਂਜੀ ਅੰਗਰੇਜ਼ ਬਾਈ ਜੀ ਧਨੌਰੀ ਦੀ ਟੀਮ ਦਾ ਕਹਿੰਦੇ 100 ਰੁਪਿਆ ਰਹਿੰਦਾ ਜਿਹੜਾ ਐਂਟਰੀ ਫੀਸ ਸੋ ਆਪਣਾ ਜਿਹੜਾ 100 ਰੁਪਿਆ ਐਂਟਰੀ ਵਾਲੀ ਕਮੇਟੀ ਨੂੰ ਦੇ ਦਿਓ ਜੀ 100 ਰੁਪਿਆ ਰਹਿੰਦਾ ਲਾ ਵੀ ਅਗਲੀ ਕਬੱਡੀ ਨੌਜਵਾਨ ਗਗਨ ਸਿੰਘ ਦੀ ਪਾਈ ਹੋਈ ਰੇਡ ਇੱਕ ਗਗਨ ਜੋਗੇ ਵਾਲੀ ਆ ਇੱਕ ਆਹ ਗਗਨ ਸਾਹਮਣੇ ਨੌਜਵਾਨ ਲਾ ਲਾ ਕੇ ਸੁੱਟਦਾ ਹੋਇਆ ਅੰਕ ਜਿਹੜੇ ਸਮੇਂ ਧਾਵੀ ਦੇ ਲਈ ਜੁੜਦਾ ਹੋਇਆ ਕਰ ਕਰ ਮਿਹਨਤ ਸਰੀਰੇ ਬਣਾਈ ਨੀ ਪੁੱਛਦੇ ਨੇ ਲੋਕੀ ਤੁਸੀਂ ਕਿਹੜੀ ਮੰਨਦੇ ਜਾਏ ਨੀ ਕਰ ਕਰ ਮਿਹਨਤ ਸਰੀਰੇ ਬਣਾਈ ਨੀ ਪੁੱਛਦੇ ਨੇ ਲੋਕੀ ਤੁਸੀਂ ਕਿਹੜੀ ਮੰਨਦੇ ਜਾਏ ਨੀ ਬਾਲੀ ਮਾਮਾ ਤੇ ਵੈਲੀ ਪੁੱਤ ਨੇ ਦੇਖੋ ਜੀ ਮੈਚ ਬੜਾ ਜ਼ਬਰਦਸਤ ਹੈ ਹਾਂਦੇ ਦੇ ਲਾਗੇ ਅੜਿਆ ਹੋਇਆ ਮੈਚ ਹੈ ਲਾ ਵੀ ਆਪਾਂ ਵੇਖਦੇ 30 ਸੈਕਿੰਡ ਦਾ ਬੀਤ ਸਮਾਂ ਅੰਕ ਜਿਹੜਾ ਬੋਪਰ ਦੀ ਟੀਮ ਦੇ ਲਈ ਅੰਕ ਦਾ ਵਾਧਾ ਹੁੰਦਾ ਹੋਇਆ ਅਗਲੀ ਕਬੱਡੀ ਆਪਾਂ ਵੇਖਦੇ ਸਮੇਂ ਕਬੱਡੀ ਹੈ ਕਿ ਮੰਜ਼ਿਲ ਤਾਂ ਮਿਲ ਜਾਂਦੀ ਕਿ ਧੱਕੇ ਖਾਣੇ ਪੈਂਦੇ ਨੇ ਮੰਜ਼ਿਲ ਤਾਂ ਮਿਲ ਜਾਂਦੀ ਕਿ ਧੱਕੇ ਖਾਣੇ ਪੈਂਦੇ ਨੇ ਮੁੜ ਇੱਜ਼ਤ ਨਾ ਮਿਲਦੀ ਕਿ ਗੱਲ ਸਿਆਣੇ ਕਹਿੰਦੇ ਨੇ ਮੰਜ਼ਿਲ ਤਾਂ ਮਿਲ ਜਾਂਦੀ ਕਿ ਧੱਕੇ ਖਾਣੇ ਪੈਂਦੇ ਨੇ ਕਿਤੇ ਪਹੁੰਚਣਾ ਹੋਵੇ ਜੇ ਰਾਹ ਲੱਭਣਾ ਪੈਂਦਾ ਏ ਚਰਨੀ ਲੱਗਣਾ ਪੈਂਦਾ ਏ ਉਹ ਕੁਝ ਬਣ ਹੀ ਜਾਂਦੇ ਨੇ ਜੋ ਦੁੱਖ ਦਿਲ ਤੇ ਸਹਿੰਦੇ ਨੇ ਮੰਜ਼ਿਲ ਤਾਂ ਮਿਲ ਜਾਂਦੀ ਧੱਕੇ ਖਾਣੇ ਪੈਂਦੇ ਨੇ ਮੰਜ਼ਿਲ ਤਾਂ ਮਿਲ ਜਾਂਦੀ ਧੱਕੇ ਖਾਣੇ ਪੈਂਦੇ ਨੇ ਲਾ ਵੀ ਇੱਧਰ ਨੌਜਵਾਨ ਰਕੇਸ਼ ਆਪਣੀ ਟੀਮ ਦੇ ਲਈ ਅੰਕ ਦਾ ਵਾਧਾ ਕਰਦਾ ਹੋਇਆ ਚੱਲਦੇ ਹੋਏ ਬੜੇ ਸ਼ਾਨਦਾਰ ਮੁਕਾਬਲੇ ਵਾਲੀ ਸਾਈਡ ਰੈਫਰੀ ਸਵਾਵਾਂ ਦੇ ਰਹੇ ਸਾਡੇ ਵੀਰ ਬਿੰਦਰ ਬਾਂਸੂ ਜੀ ਕਬੱਡੀ ਕੋਚ ਰਾਜ ਤਰਾਣੇ ਵਾਲੇ ਜਿਸ ਨਗਰ ਦਾ ਆਮਾ ਸਰਪੰਚ ਮਾਂ ਖੇਡ ਕਬੱਡੀ ਦੇ ਲਈ ਵੱਡੇ ਸਹਿਯੋਗ ਦਿੰਦੇ ਨੇ ਹਰ ਸਾਲ ਵੱਡਾ ਕਬੱਡੀ ਕੱਪ ਕਰਵਾਉਂਦੇ ਨੇ ਸੋ ਸਾਡੇ ਵੀਰ ਜੀ ਦੱਸ ਰਹੇ ਨੇ ਵੀ ਜਿਹੜਾ ਪਹਿਲਾਂ ਤਰਾਜ ਲੱਗਿਆ ਆਪਸ ਦੇ ਵਿੱਚ ਧਨੌਰੀ ਤੇ ਰਾਜ ਤਰਾਣੇ ਦਾ ਸੋ ਰਾਜ ਤਰਾਣੇ ਦੇ ਖਿਡਾਰੀਆਂ ਦੇ ਲਈ ਬੇਨਤੀ ਹੈ ਵੀ ਆਪਣਾ ਪ੍ਰੂਫ ਲੈ ਕੇ ਆਓ ਜੀ
पक्का सबूत होवे जी साडे वीर जी दस रहे ने ला भी इधर नौजवान मनजीत दी पाई हुई कबड्डी है वाह वो जवाना भजी आउंदा है अंकड़ समता भी दे लिखदा होया गगन सिंह की पाई हुई कबड्डी है तीन हजासी मुकाबला किस गभरू के नाल गल समय की होगी नौजवान फड़दा होया गिटे फड़दा होया मोटे पट लव यंग केड़ा समय जाफी दे जुड़दा होया हां जी साढ़े भरा जी दस रहे ने भी राज तरण की टीम अद्धे घंटे का समय सो अपने प्रूफ लैके आ जाओ जी जिहड़ा पहला तराज लग्या है राज तरण दे तनोरी का सही तराज ओरिजिनल सबूत लैके आउण लव यंग केड़ा समय चनागरा ते भुलण ये भी दोवें टीमां जल्दी ग्राउंड दे विच आ जाण चनागरा ते भुलण नाल ही साढ़े दरम्यान थोड़े समय दे विच मां खेड कबड्डी दे अंतरराष्ट्रीय कमेंटेटर सेव किशेगढ़ जी ने भी आना है जिन्होंने वर्ल्ड कबड्डी कप्पां दे विच पंजाबी मां बोली की सेवा की सो नाल ही अज कहिंदे मुनका दी गुलजार दी माता दा माता चरणजीत कौर दा नाल ही दगाल दी बिट्टू दा माता रेशमा कौर दा नाल ही दुग्गा दे खुशी दी माता दा नाल ही बोपर दी शार दी माता दा नाल ही मुनक दे करन दी माता दा नाल ही दड़वे दे लुद्र दी माता दा जिस समुचे बड़ा मान सम्मान होना है लाओ भी आपां वेखदे समय गागन दी पाई हुई कबड्डी है कदे गुट फड़दा कदे कैंची लाउंदा है वक्खो वक्खरे दा वरतदा होया लव यंग केड़े समय धावी दे जुड़दा होया अगली कबड्डी आपां वेखदे समय नौजवान दी पाई हुई रेड है बोपल पिंड दे गभरू दी तीन हाफी ने कौन बज के जफा लावेगा के सी बलविंदर खिबिटा घोड़ा लंबी पारी दा नाल थड़मे खेडे काका कारी शारी दा लखां दी गल करदा गाजीपुर दा लखा जी बोड़ा तोखी दे वासा जी पूरी हिंडदा जी पहला समय बिच ना आउंदे है ना स्टारां दे बई खेडण जोरां नाल कबड्डी के पुत सरदारां दे खेडण जोरां नाल कबड्डी के पुत सरदारां दे कदे फैसले जित्तां दे कदे हुंदे हारां दे बई खेडण जोरां नाल कबड्डी सरदारां दे ठीक है जी बाजी बाजा पल राज तरण की टीम के खिलाड़ियों ने खिलाड़ी से तराज है अपना राशन कार्ड सारी टीम राशन कार्ड से आधार कार्ड लैके आ जाइए अद्धे घंटे का समय नहीं आप दूजी टीम को जेतु करार दे देंगे साढ़े वीर जी दस रहे हैं साढ़े भरा जी हाँ जी भरा जी सुनाली सौ रुपया जो रहा टंडोली की टीम का एंट्री फीस के ओ पहला जमा करवा दो जी लाओ भी इधर नौजवान तगड़ा जफा फुटर बजता हुआ हेलो लव अंकी ने समय धावी दे जुड़ता हुआ सुनाल ही साढ़े ये वीर जी साउंड की सेवा कर रहे हैं बिल्कुल फ्री सेवा आवाज रोड़ा साउंड सब बहुत बहुत धन्यवाद कि दो मंजिया ने जोड़ स्पीकर लगने नहीं जेड़े बाजे बज के मुड़के बजने नहीं मानक हद मकावे नंगिया कलिया दी मुड़ मुड़ याद सतावे पिंड दिया गलिया दी मुड़ मुड़ याद सतावे पिंड दिया गलिया दी ला भी 30 सैकेंड वाला बीतता समा बिंदर बंस जी बिसल मार चुके ने बेअंकीड़े समय याफी दे जुड़ता हुआ नाल ही साडा ग्रुप जिहड़ा सुखे का
स्पॉन्सर ग्रुप भी जिहड़ा पहुंचा होया विशेष तौर ते कोई भी कबड्डी खेड मेला होवे कासे दा होवे जां क्रिकेट दा होवे किसी भी प्रकार का जिहड़ा खेड मेला होवे साडे वीर नाल संपर्क कर सकते हो। सुखा ग्रुप जी स्पॉन्सर वाले विशेष तौर पर पुजे हुए ने सो बहुत बहुत धन्यवाद इत्थे पहुंचण ते लो वी फड़दा होया गुट्टा वक्खो वक्खरे दा मां खेड कबड्डी दे विच वरतदे होए लव अंक समिता भी दिल अगली कबड्डी आप देखते सर मनजीत सिंह की पाई हुई रेड़ है तने जाफी ने सिंगनी मामा दे सिंह शेर पुत्र बबर शेर पुत्र ने दलेर पुत्र ने बाहां खलारियां हुई ने आप देखते नौजवान कौन बद के जफा लावेगा कौन डके आप देखते समय गल समय की है नौजवान फड़दा होया लत्ता करता होया चक्के जाम के चक्के जाम हो गए तुरी जांदी रेल ते नहीं तेनू वेख के चक्के जाम हो गए तुरी जांदी रेल ते नहीं तेनू वेख के मैच समाप्त अगला मैच ना भुलना चलते हुए मुकाबले विचों बोपर दे अंक ने जिहड़ी जी 12 और टंडोली खुरद दे अंक ने जिहड़ी 13.5 चलते हुए मुकाबले जी टंडोली खुरद की टीम है जिहड़ी जित चुकी है नोट कर लो स्टेट साइड दे हत्थ खड़ा करो एक बार जे टंडोली खुरद की टीम जेतू कर ली सो बहुत बहुत धन्यवाद साढ़े सारे वीरां दा जिन्होंने मां खेड कबड्डी दे विच सेवा की है सो बहुत बहुत धन्यवाद जिन्हों का बड़ा सहयोग भी है साडे बहुत ही सत्कारयोग साडे वीर आए हुए ने नीटा वरेटा ते डोगर भीखी जी मैच जिहड़ा चनागरे दा है साडे जिहड़े रैफरी वाले वीर ने ओह चनागरे दे ने अजायब चनागरा जी सो प्लीज नीटू वरेटा ते डोगर भीखी जल्दी ग्राउंड दे विच आ जाओ जी एक बार फिर आप अलाउंस करते भी राज तराणा के खिडारियों को बेनती है भी अपना प्रूफ लैके आ जाओ जी जिहड़ा पहला तराज लग्या होया अद्धे घंटे का समय भुलण वाली टीम होगी जी इधर स्टेज वाली साइड होगी और दूजी साइड चनागर वाली टीम है जी पिंड वाली साइड होगी मैच बड़ा शानदार होगा दोवें टीमों दरमियान नाल ही साडे बहुत ही सत्कार जे वीर है टैल सिंह जी यादव 365 दे जरिए कहिंदे वी सीधा लाइव ढक रहे ने सो उहनां दा बहुत बहुत धन्यवाद शुक्रिया मेहरबानी
सो इधर स्टेज वाली साइड है जी भुलण की टीम है, दूजी साइड आप चनागरे की टीम धक्कते हैं। मैच बड़ा शानदार खेडा जाएगा कि कल्ला पैसा चलता ना, नाल प्यार जरूरी है, नागरे दुख सुख वंडण लई एक यार जरूरी है, सुपने ढेंदे लैंदे ने मंजिल तां मिल जांदी, धक्के खाने पैंदे ने। हां जी भरा जी सो दोवें टीमां दे खिडारी नूं बेनती कि लाइन अप हो जाओ जी, दोवें टीमां दे खिडारी नूं लाइन अप कर लो जी। लाइन अप हो जाओ जी दोवें टीमां। सोनाली खिडारियों नाल जान पछाण करन दे लई साडे बहुत ही सत्कारयोग वीर जी बजेत्र सिंह जी बड़ैच, बलिहार सिंह जी औलख, जसपाल सिंह जी सरपंच, क्लब प्रधान जी मनप्रीत सिंह जी, नाल ही अमरिंदर सिंह जी खजाना मंत्री, गुरसेवक सिंह जी, सुनाली साढ़े बहुत ही सत्कार जो बाबा जी करमा सिंह जी। सो खिडारियों जान पछाण करन दे लई ग्राउंड दे विच आए ने, सो बहुत बहुत धन्यवाद शुक्रिया मेहरबानी के फुल्लां नाल सोहणे ने ते मैच खिडाउंदे फिरदे ने, इह जादूगर ने कौडी दे ते जोर दिखाउंदे फिरदे ने, कई वांग तूफाना चढ़दे ने, कई दिंदे थम हनेरां नूं, थोनू राज लहेड़ी कहिंदा जो दईए मन पलेरां नूं। नाल ही चौधरी डिजिटल स्टूडियो इन्होंने यादां नूं अपने कैमरे दे विच कवरेज करदे ने, सो बहुत बहुत धन्नवाद साढ़े वीर दा। सो पुज्जियां होईयां मान शख्सियतां दा बजेत्र सिंह जी बड़ैच, सो उन्हां दे नाल सारे प्रेमियों नूं जी आया आख्या जांदा है, सो बहुत बहुत धन्नवाद किया जांदा है। शहीद भगत बाबा दीप सिंह स्पोर्ट्स क्लब के वलों बहुत बहुत धन्नवाद। एक ग्रुप फोटो क्या यादा रह जांदियां ने, सो एक यादगारी फोटो इन्हां खिडारियों दे नाल। सदर साडा वीर चौधरी डिजिटल स्टूडियो अपने कैमरे विच कवरेज करता होया तस्वीर, सो बहुत बहुत धन्नवाद। सो खिडारी वीर जिहड़े ताड़ियां मर के स्वागत करते हुए, सो बहुत बहुत धन्नवाद बजेत्र सिंह जी वड़ैच, गुरसेवक सिंह जी, सारे वीरां दा बहुत बहुत धन्नवाद किया जाता है। स्टेज वाली साइड है जी भुलण की टीम चली गई और दूजी साइड चनागरे की टीम है। पहली कबड्डी आप देख रहे समय भुलण पिंड रिंके की पाई हुई कबड्डी दे चार जाफी वाली मामा के पुत ने, कौन बद के जी जफा लावेगा गल समय की सामने आप देखने समय कर हल्का जहा टच जरा अंक सिर्फ भुलण की टीम के लिए अंक का वाधा होता हुआ। इधर नौजवान आप देखते समय अगली कबड्डी प्रवीण की पाई हुई कबड्डी है, एक प्रवीण कहते धरती का मोटरसाइकलों का जेतू खिलाड़ी है, एल सीढ़िया का जेतू खिलाड़ी है, अज भी अपने नगर के खेडना है। ला भी इधर आप देखते नौजवान डबल टच का इशारा, अंक जो समय धावी धिर जुड़ता होया, अंक जो समय चनागरे की टीम के लिए अंक का वाधा होता होया। चलो शेरा पा कबड्डी उस रब नूं त्या के सीणी मां दा दुद्ध जे चुंगिया, मुड़ीखा ला के सीणी मां दा दुद्ध जे चुंगिया, अथ मुड़ीखा ला के ला वी इधर नौजवान रिंके दी पाई हुई रेड ते धक्का दे भी कौन वध के जफा लावेगा। मेरे वीरियो आपां वेखदे समय
चार जाफी वाह वो जवाना अंकिया समेत धावी दे जुड़ता हुआ नाल ही साढ़े दरम्यान थोड़े समय पंजाबी बोलन की सेवा दे ली सेवक सिंह जी शेरगढ़ अंतरराष्ट्रीय कमेंटेटर थोड़े समय आने वाले ने पंजाबी बोलन दे ली लाभ आप वेखते समय खेल मैदान के परवीन सिंह की कबड्डी धक्कते हैं इधर नौजवान चार जाफी ने वाली मामा दे वाली पत ने मेरे वीरियो कौन बढ़ के जी जफा लावेगा नौजवान के गुट कते लक भी प्रवीण अपनी टीम के लिए अंक का वाधा करता हुआ अगला मैच होगा जेड़ा माता राणी क्लब वर्सिस देदना फीस होगी भाई जी ठीक है भाई जी सोनाली मंच से बैठे ने पूर्ण सिंह जी सरपंच डेरा हरियाऊ तो मैचों का आनंद मानते हुए सो बहुत बहुत धन्यवाद शुक्रिया अगली कबड्डी आप देखते समय नौजवान लाथा धावा बोलता हुआ भोले की पाई हो रेण है चार जाफी जान सर भोले जफा लाओ भी बची हुई कैंची है तीह सैकेंड का बीतता समा खिंची आंदा लाओ भी आप देखते समय नौजवान बची हुई कैंची फड़ी हुई लत फड़े हुआ गिट्टा मारता हुआ झूटे आप देखते नौजवान बागल पाई हुई है अंकड़े समय जाफी दे जुड़ता हुआ नाल ही आप विशेष तौर पर धन्यवाद कबड्डी 365.com के जरिए दिखाते हुए कबड्डी सो बहुत बहुत धन्यवाद नाल ही चौधरी डिजिटल स्टूडियो विशेष तौर पर धन्यवाद रिणिया मैं के सरदार सतनाम सिंह जी ओला वालों क्लब 1100 मान नरवैर सिंह जी उन्होंने वालों 1100 का मान अवतार सिंह जी जिन्हों का बेटा एन आर आई है उन्होंने वालों 500 रुपए का मान डीलरशिप उन्होंने वालों 2100 रुपए का मान इस क्लब में देकर नवाजा गया है उच्चे उच्चे तौर पर धन्यवाद है उत्थे एक बार फिर मैं रिणी हाँ क्लब के प्रधान साहब मानपी सिंह जी विरक और मीत प्रधान जगजीत सिंह दयाल खजानची अमरिंदर विरक जी और जनरल सकत्तर टूर्नामेंट के इंचार्ज गुरसेवक सिंह सरां चेयरमैन सिमरजीत सिंह बड़ैच सिमर बड़ैच इस तो बिना एंट्री काउंटर टाइया पा रहे ने जीरो रिशपाल सिंह टीम वेट करते हैं हरजीत लाडी दिलबाग सिंह काला सिंह जग्गा सिंह इन सज्जनों का भी उचेचा धन्यवाद है कबड्डी ओपन एक पिंड दियाँ सिर्फ 16 टीम एंटर करांगे जेडे सैट आ रहे ने वो अपनी एंट्री कराउण कबड्डी ओपन एक पिंड सो बहुत बहुत धन्यवाद लाओ भी आप देखते समय अंक जरा प्रवीण चनागरे की टीम के लिए अंक का वाधा करता हुआ ना ही टीवी से सीधा धक् रहे ने साडे बहुत ही सत्कारयोग वीर टहल सिंह यादव मनीला ही फिलीपीन वाले सीधा टीवी से लाइव धक् रहे ने सो बहुत बहुत धन्यवाद उन्होंने भी हाँ जी वीर जी सो लास्ट कॉल है जी रायत रैन की टीम के लिए बिल्कुल 15 मिनट का समय है भी अपना जो सबूत लैके आज जो पहला त्राज लगे धनोरी रायत रैने का रायत रैन की टीम के सारे प्लेयर आप बेनती कर रहे हैं भी प्लीज अपना जो आधार कार्ड कार्ड है और जरूर लैके आओ 15 मिनट के बच्चे सुनीत आप जो नहीं लेके आए तो आप धनोरी की टीम जेतू करार दे देंगे लाओ भी आप देखते समय नौजवान फड़दा होया गुट है बजी हुई कैंची है 30 सैकेंड का बीता समा अंकड़े समय भुलण की टीम के लिए अंक का वाधा होंदा हुआ माता राणी क्लब वर्सिस देदना दोवें टीम जल्दी ग्राउंड के आ जाए अगले मैच के लिए नाल ही साडा वीर दलजीत सिंह जी दयाल नंबर की सेवा अंकों की अंकड़िया की सेवा करता हुआ सो बहुत बहुत धन्यवाद लाओ भी इधर नौजवान आप देखते समय नौजवान काला
ਕਿ ਮਿੱਤਰਾਂ ਦਾ ਰੰਗ ਪੱਕਾ ਫੀਮ ਵਰਗਾ, ਮਿੱਤਰਾਂ ਦਾ ਰੰਗ ਪੱਕਾ ਫੀਮ ਵਰਗਾ, ਲਵ ਯੰਗ ਕਿਹੜੇ ਸਮੇਂ ਧਾਵੀ ਦੇ ਨਾਲ ਜੁੜਦਾ ਹੋਇਆ ਅਗਲੀ ਨੌਜਵਾਨ ਆਪਾਂ ਵੇਖਦੇ ਸਮੇਂ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਆ ਗੱਭਰੂ ਪ੍ਰਵੀਨ ਸਿੰਘ। ਪ੍ਰਵੀਨ ਸਿੰਘ ਦੀ ਧੱਕਦੇ ਹੋਏ ਕਬੱਡੀ ਤੇ ਸੁਤਰਾਜ ਲੱਗਿਆ ਹੋਇਆ ਟੀਮ ਤੇ, ਭੁੱਲਣ ਦੀ ਟੀਮ ਤੇ। ਸੋ ਜਿਹੜਾ ਤਰਾਜ ਹੈ ਜਿਹੜਾ ਚਨਾਗਰੇ ਦਾ, ਇੱਧਰ ਨੌਜਵਾਨ ਆਪਾਂ ਵੇਖਦੇ ਨੌਜਵਾਨ ਲਾਉਂਦਾ ਹੋਇਆ ਵੱਧ ਕੇ ਜੇ ਜੱਫਾ, ਅੰਕੜੇ ਸਮੇਂ ਭੁੱਲਣ ਦੀ ਟੀਮ ਦੇ ਲਈ ਅੰਕ ਦਾ ਵਾਧਾ ਹੁੰਦਾ ਹੋਇਆ। ਅਗਲੀ ਕਬੱਡੀ ਆਪਾਂ ਵੇਖਦੇ ਸਮੇਂ ਰਿੰਕੂ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀ ਵੱਧ ਕੇ ਮੁਕਾਬਲਾ ਕਰਨਗੇ। ਮੁਕਾਬਲਾ ਕਿਸ ਗੱਭਰੂ ਦੇ ਨਾਲ ਹੋਵੇਗਾ? ਚਾਰ ਸਿੰਘਣੀ ਮਾਵਾਂ ਦੇ ਸਿੰਘ ਸ਼ੇਰ ਪੁੱਤ ਨੇ, ਬਬਰ ਸ਼ੇਰ ਪੁੱਤ ਨੇ, ਦਲੇਰ ਪੁੱਤ ਨੇ। ਕਿ ਲੋਕੋ ਖੇਡ ਕਬੱਡੀ ਦੀ ਖੇਡਣੇ ਲਈ ਪੀਣੇ ਪੈਂਦੇ ਨੇ ਦੁੱਧ ਲਵੇਰੀਆਂ ਦੇ, ਲੰਮੀ ਰੇਸ ਤੇ ਪੈਂਦੇ ਨੇ ਡੰਡ ਲਾਉਣੇ, ਲਿਹਾਜ਼ ਰੱਖੇ ਨਾ ਨਾਲ ਨਸ਼ੇੜੀਆਂ ਦੇ। ਜਨ ਹੋਵੇ ਸਰੀਰ ਵਿੱਚ ਲੋੜਿਆਂ ਦੀ, ਰੁੱਖ ਬਦਲਦਾ ਹੋਵੇ ਹਨੇਰੀਆਂ ਦੇ। ਰਾਜ ਲਹਿੜੀ ਨੇ ਪਲਾ ਕੀ ਰੇਡ ਪਾਉਣੀ, ਇਹ ਤਾਂ ਹੁੰਦੇ ਨੇ ਹਨੇਰੀਆਂ ਦੇ, ਰਾਜ ਲਹਿੜੀ ਨੇ ਪਲਾ ਕੀ ਰੇਡ ਪਾਉਣੀ। ਸੋ ਤਰਾਜ ਲੱਗਿਆ ਹੋਇਆ ਹੈ ਮੈਚ ਜਿਹੜਾ ਆਪਾਂ ਪੈਂਡਿੰਗ ਰੱਖਾਂਗੇ। ਬਾਈ ਜੀ ਉੱਥੇ ਜਾ ਕੇ ਪੁੱਛ ਲਓ ਯਾਰ ਤਰਾਜ ਵੀ ਕਿਸ ਗੱਲ ਤੇ ਲੱਗਿਆ। ਅਗਲਾ ਮੈਚ ਜਿਹੜਾ ਮਾਤਾ ਰਾਣੀ ਕਲੱਬ ਵਰਸਿਸ ਦੇਦਨਾ, ਜਲਦੀ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਦੇਦਨਾ ਤੇ ਮਾਤਾ ਰਾਣੀ ਕਲੱਬ, ਮਾਤਾ ਰਾਣੀ ਕਲੱਬ ਹਰਿਆਓ, ਨਾਲ ਹੀ ਦੇਦਨਾ, ਦੋਵੇਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਮਾਤਾ ਰਾਣੀ ਕਲੱਬ ਹਰਿਆਓ ਵਰਸਿਸ ਦੇਦਨਾ, ਦੋਵੇਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਮਾਤਾ ਰਾਣੀ ਕਲੱਬ ਵਰਸਿਸ ਦੇਦਨਾ ਜੀ, ਨਾਲ ਹੀ ਸਾਡੇ ਵੀਰ ਪੰਜਾਬ ਸਿੰਘ ਜੀ, ਪੰਜਾਬ ਕਬੱਡੀ ਖਿਡਾਰੀ, ਗਰਾਊਂਡ ਦੇ ਵਿੱਚ ਆ ਜੇ ਸਾਡਾ ਵੀਰ ਪੰਜਾਬ। ਠੀਕ ਹੈ ਜੀ, ਠੀਕ ਹੈ। ਸੁਰਾਜ ਤਰਾਣਾ ਦੇ ਖਿਡਾਰੀ ਨੇ ਸਾਡੇ ਬਾਬਾ ਜੀ ਦੱਸ ਰਹੇ ਨੇ ਵੀ ਗੱਡੀ ਲੈ ਕੇ ਗਏ ਹੋਏ ਨੇ ਪਿੰਡ। ਸੋ ਸਬੂਤ ਲੈਣ ਦੇ ਲਈ 15-20 ਮਿੰਟ ਜਿਹੜੇ ਲੱਗ ਜਾਣਗੇ। ਮਾਤਾ ਰਾਣੀ ਕਲੱਬ ਵਰਸਿਸ ਦੇਦਨਾ, ਨਾਲ ਹੀ ਸਾਡੇ ਵੀਰ ਪੰਜਾਬ ਕਬੱਡੀ ਖਿਡਾਰੀ ਗਰਾਊਂਡ ਦੇ ਵਿੱਚ ਆਵੇ ਕਿ ਜਿੱਥੇ ਜੁੜਦੀ ਖਲਕਾ ਤੋਂ ਉੱਥੇ ਢੋਲ ਵੀ ਵੱਜਦੇ ਨੇ, ਬੈਲੀ ਮਾਵਾਂ ਦੇ ਗਰਾਊਂਡਾਂ ਦੇ ਵਿੱਚ ਗੱਜਦੇ ਨੇ। ਮਾੜੇ ਕੰਮਾਂ ਨਸ਼ਿਆਂ ਤੋਂ ਕਹਿੰਦੇ ਦੂਰ ਹੈ ਭੱਜੀ ਦਾ, ਰੋਮ ਰੋਮ ਨਸ਼ਿਆਉਂਦਾ ਸੁਣ ਕੇ ਨਾਮ ਕਬੱਡੀ ਦਾ, ਰੋਮ ਰੋਮ ਨਸ਼ਿਆਉਂਦਾ ਸੁਣ ਕੇ ਨਾਮ ਕਬੱਡੀ ਦਾ। ਦੇਦਨਾ ਵਾਲਿਓ ਆ ਜਾਓ ਜੀ ਜਲਦੀ ਗਰਾਊਂਡ ਦੇ ਵਿੱਚ। ਦੇਦਨਾ ਤੇ ਮਾਤਾ ਰਾਣੀ ਕਲੱਬ ਹਰਿਆਓ ਜੀ, ਭਾਈ ਜੀ ਗੱਡੀ ਲੈ ਕੇ ਗਏ ਨੇ, 15-20 ਮਿੰਟ ਲੱਗ ਜਾਣਗੇ, ਸਾਡੇ ਬਾਬਾ ਜੀ ਦੱਸ ਕੇ ਗਏ ਨੇ। ਕੋਈ ਗੱਲ ਨੀ ਬਾਈ ਜੀ, 15-20 ਮਿੰਟ ਤੱਕ। ਮਾਤਾ ਰਾਣੀ ਕਲੱਬ ਹਰਿਆਓ ਵਰਸਿਸ ਦੇਦਨਾ, ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵਰਸਿਸ ਬੰਗਾ, ਇਹ ਵੀ ਟੀਮਾਂ ਤਿਆਰ ਰਹਿਣ। ਦੇਦਨਾ ਦੀ ਟੀਮ ਜਲਦੀ ਗਰਾਊਂਡ ਦੇ ਵਿੱਚ ਆਵੇ। ਦੇਦਨਾ ਦੀ ਟੀਮ ਸਟੂਡੀਓ, ਕਿੱਥੇ ਸਟੂਡੀਓ ਵੀਰ? ਮੇਰੀ ਬੇਨਤੀ ਹੈ ਕਲੱਬ ਦੇ ਪ੍ਰਧਾਨ ਵਿਰਕ ਸਾਹਿਬ, ਮੀਤ ਪ੍ਰਧਾਨ ਜੀ, ਅਮਰਿੰਦਰ ਜੀ, ਸਿਮ ਜੀ ਕੁਛ ਸਨਮਾਨ ਚਿੰਨ ਦੇਣਗੇ ਜੀ। ਸਟੂਡੀਓ ਸਿਮਰਾਓ ਜੀ, ਪਹਿਲਾਂ ਸਨਮਾਨ ਦੇਵਾਂਗੇ ਅਸੀਂ ਸਰਪੰਚ ਸਾਹਿਬ ਜਸਪਾਲ ਸਿੰਘ ਜੀ, ਉਹ ਆਪਣੀ ਟਰਾਫੀ ਹਾਸਲ ਕਰਨ। ਸਟੂਡੀਓ ਕਿੱਧਰ ਗਿਆ?
ਫੋਟੋਆਲਾ ਭਾਈ ਹੈ ਨਾਲ ਹੀ ਸਾਡੇ ਵੀਰ ਜੀਰੂ ਕਬੱਡੀ ਖਿਡਾਰੀ ਉਹ ਵੀ ਗਰਾਊਂਡ ਦੇ ਵਿੱਚ ਸਾਡੇ ਵੀਰ ਪ੍ਰਵੀਨ ਨਾਲ ਸੰਪਰਕ ਕਰੇ ਨਾਲ ਹੀ ਪੰਜਾਬ ਦੋਵੇਂ ਵੀਰਾਂ ਨੂੰ ਬੇਨਤੀ ਹੈ ਕਬੱਡੀ ਖਿਡਾਰੀਆਂ ਨੂੰ ਵੀ ਸਾਡੇ ਵੀਰਾਂ ਨਾਲ ਸੰਪਰਕ ਕਰੇ ਚਨਾਗਰੇ ਵਾਲੇ ਖਿਡਾਰੀਆਂ ਨਾਲ ਜਸਪਾਲ ਸਿੰਘ ਸਰਪੰਚ ਸਾਹਿਬ ਤੋਂ ਬਾਅਦ ਬਲਹਾਰ ਸਿੰਘ ਜੀ ਅਕਾਲੀ ਆਗੂ ਬਲਹਾਰ ਸਿੰਘ ਜੀ ਔਲਖ ਉਹ ਸਨਮਾਨ ਲੈਣ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਹਰਿਆਓ ਬਲਹਾਰ ਸਿੰਘ ਜੀ ਔਲਖ ਉਹਨਾਂ ਤੋਂ ਬਾਅਦ ਜੋਜਪੁਰਾ ਸਿੰਘ ਨੂੰ ਉਹਨਾਂ ਤੋਂ ਬਾਅਦ ਸਰਦੂਰ ਸਿੰਘ ਜੀ ਸਰਦੂਰ ਸਿੰਘ ਬੜੈਚ ਬਲਹਾਰ ਸਿੰਘ ਤੋਂ ਬਾਅਦ ਸਰਦੂਰ ਸਿੰਘ ਬੜੈਚ ਵੰਗਾ ਵਾਸੀ ਸੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਹਰਿਆਓ ਖੁਰਦ ਦੇਦਰਾਂ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਨਹੀਂ ਆਈ ਸਰਦੂਰ ਸਿੰਘ ਆਓ ਜੀ ਕਿਹਾ ਉਹਨਾਂ ਬਾਅਦ ਨਿਸ਼ਾਨ ਸਿੰਘ ਜੀ ਸਰਦੂਰ ਸਿੰਘ ਤੋਂ ਬਾਅਦ ਨਿਸ਼ਾਨ ਸਿੰਘ ਕੱਟਦੀ ਹੈ ਬਾਈ ਜੀ ਦੇਦਰਾਂ ਦੀ ਟੀਮ ਸੋ ਜੇਤੂ ਕਰ ਲਓ ਜੀ ਮਾਤਾ ਰਾਣੀ ਕਲੱਬ ਦੀ ਟੀਮ ਨਿਸ਼ਾਨ ਸਿੰਘ ਜੀ ਉਸ ਤੋਂ ਬਾਅਦ ਗੱਜਣ ਸਿੰਘ ਜੀ ਸਰਪੰਚ ਗੱਜਣ ਸਿੰਘ ਸਰਪੰਚ ਆ ਜਾ ਉਸ ਤੋਂ ਬਾਅਦ ਧਿਆਨ ਸਿੰਘ ਨੰਬਰਦਾਰ ਗੱਜਣ ਸਿੰਘ ਸਰਪੰਚ ਤੋਂ ਬਾਅਦ ਧਿਆਨ ਸਿੰਘ ਨੰਬਰਦਾਰ ਧਿਆਨ ਸਿੰਘ ਤੋਂ ਬਾਅਦ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਜੀ ਬੜੈਚ ਗੱਲ ਬੜੈਚ ਸਿੰਘ ਉਹਦਾ ਉਹਨੇ ਪਿਤਾ ਨਾ ਕਰਨਾ ਬੁਲਾਈਏ ਸਾਡੇ ਇਸ ਨਗਰ ਦਾ ਸਿੰਗਰ ਹੈ ਨੌਜਵਾਨ ਗੱਲ ਬੜੈਚ ਉਹਨਾਂ ਦੇ ਪਿਤਾ ਜੀ ਆ ਜਾਣ ਉਹਨੂੰ ਅਸੀਂ ਸਨਮਾਨ ਦੇਵਾਂਗੇ ਗੱਲ ਬੜੈਚ ਦੇ ਪਿਤਾ ਜੀ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਹਰਿਆਓ ਖੁਰਦ ਤੇ ਉਸ ਤੋਂ ਬਾਅਦ ਜੋਗਿੰਦਰ ਸਿੰਘ ਜੀ ਬੰਗਾ ਦੋਵੇਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਉਸ ਤੋਂ ਬਾਅਦ ਲਖਵਿੰਦਰ ਸਿੰਘ ਜੀ ਜੋਗਿੰਦਰ ਸਿੰਘ ਤੋਂ ਬਾਅਦ ਲਖਵਿੰਦਰ ਸਿੰਘ ਜੀ ਬੰਗਾ ਤੇ ਹਰਿਆਓ ਖੁਰਦ ਜੀ ਦੋਵੇਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਹਰਿਆਓ ਖੁਰਦ ਤੇ ਬੰਗਾ ਦੋਵੇਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਮੈਦਾਨ ਖਾਲੀ ਪਿਆ ਪਲੀਜ਼ ਦੋਵੇਂ ਟੀਮਾਂ ਦੇ ਖਿਡਾਰੀ ਨੂੰ ਆਪਾਂ ਬੇਨਤੀ ਕਰ ਰਹੇ ਹਾਂ ਵੀ ਜਲਦੀ ਗਰਾਊਂਡ ਦੇ ਵਿੱਚ ਆ ਜਾਓ ਬੰਗਾ ਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਹਰਿਆਓ ਖੁਰਦ ਦੋਵੇਂ ਟੀਮਾਂ ਜਲਦੀ ਤੋਂ ਗਰਾਊਂਡ ਦੇ ਵਿੱਚ ਆ ਜਾਣ ਮੈਦਾਨ ਜਿਹੜਾ ਬਿਲਕੁਲ ਜਮ੍ਹਾਂ ਖਾਲੀ ਪਿਆ ਹੈ ਦਰਸ਼ਕ ਵੀਰ ਜਿਹੜੇ ਮੈਚ ਦੀ ਉਡੀਕ ਕਰ ਰਹੇ ਨੇ ਸੋ ਆਪਾਂ ਬੇਨਤੀ ਕਰ ਰਹੇ ਹਾਂ ਅੰਗਰੇਜ਼ ਸਿੰਘ ਟੋਕਾ ਜਿਹੜਾ ਆਪਣੀ ਟੀਮ ਨੂੰ ਲੈ ਕੇ ਗਰਾਊਂਡ ਦੇ ਵਿੱਚ ਆ ਗਿਆ ਸੋ ਬੰਗਾ ਦੀ ਟੀਮ ਜਲਦੀ ਗਰਾਊਂਡ ਦੇ ਵਿੱਚ ਆਵੇ ਬੰਗਾ ਦੀ ਟੀਮ ਸੋ ਨਾਲ ਹੀ ਹਰਿਆਓ ਖੁਰਦ ਦੇ